ਸੰਧਿਰ ਤੁਸੀਂ ਵਖਰੇ ਹੋ ਰਿਲੀ ਪੋਸਟ ਪੰਜਾਬੀ ਹੁਣ ਸਰਕਾਰ ਦੇ ਵੱਲੋਂ ਇੱਕ ਯੋਜਨਾ ਜਾਰੀ ਕੀਤੀ ਗਈ ਹੈ ਜਿਸ ਦੇ ਤਹਿਤ ਤੁਹਾਨੂੰ ਹਰ ਮਹੀਨੇ 5000 ਰੁਪਏ ਮਿਲਣਗੇ ਜੇਕਰ ਤੁਸੀਂ ਵਿਵਹਤਾ ਹੋ ਤਾਂ ਤੁਹਾਨੂੰ ਵਿਆਹੀ ਵਾਲੀ ਜੋੜੀ ਨੂੰ 10000 ਰੁਪਏ ਤੱਕ ਹਰ ਮਹੀਨੇ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਦੱਸ ਜੀ ਕਿ ਇਸ ਯੋਜਨਾ ਦਾ ਨਾਮ ਅਟਲ ਯੋਜਨਾ ਪੈਨਸ਼ਨ ਯੋਜਨਾ ਹੈ ਜਿਸ ਦੇ ਤਹਿਤ ਤੁਹਾਨੂੰ ਇਸ ਸਕੀਮ ਦਾ ਫਾਇਦਾ ਮਿਲ ਸਕਦਾ ਹੈ ਤੇ ਜੇਕਰ ਤੁਸੀਂ ਇਸ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਬਾਬਤ ਪੂਰੀ ਜਾਣਕਾਰੀ ਦਿੱਤਸਾਂਗੇ ਕਿ ਆਖਿਰਕਾਰ ਕਿਸ तरीके ਦੇ ਨਾਲ ਤੁਸੀਂ ਇਸ ਸਰਕਾਰੀ ਯੋਜਨਾ ਦਾ ਫਾਇਦਾ ਚੁੱਕ ਸਕਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਇਸ ਦੇ ਤਹਿਤ 5000 ਰੁਪਏ ਮਿਲਣਗੇ ਤਾਂ ਹਰ ਘਰ ਦੇ ਵਿੱਚੋਂ ਤੁਸੀਂ ਜਿਹੜਾ ਇੱਕ ਨਾਮਿਨੀ ਜਿਹੜਾ ਹੋ ਸਕਦਾ ਤੇ ਕਿਸ ਤਰੀਕੇ ਦੇ ਨਾਲ ਇਹ ਪੂਰੀ ਯੋਜਨਾ ਤੁਹਾਡੇ ਤੱਕ ਪਹੁੰਚੇਗੀ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਦਿਆਂ ਦੱਸ ਦੇ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਯੋਜਨਾ ਜਿਹੜੀ ਹੈ ਜਾਰੀ ਕੀਤੀ ਗਈ ਹੈ ਅਟਲ ਯੋਜਨਾ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਜਿਹੜੀ ਹੈ ਸਕੀਮ ਕੱਢੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਸਾਰੇ ਵਰਗਾਂ ਦੇ ਲਈ ਇਹ ਵਿਸ਼ੇਸ਼ ਯੋਜਨਾ ਜਿਹੜੀ ਹੈ ਚਲਾਈ ਜਾ ਰਹੀ ਹੈ ਦੱਸ ਦੇ ਕਿ ਸਰਕਾਰ ਦੀ ਇੱਕ ਅਜਿਹੀ ਸਕੀਮ ਹੈ ਜਿਸ ਦੇ ਵਿੱਚ ਤੁਹਾਨੂੰ ਪੂਰੇ 5000 ਰੁਪਏ ਮਹੀਨਾ ਮਿਲਣਗੇ ਪਰ ਜੇਕਰ ਤੁਸੀਂ ਵਾਅ ਹੋਇਓ ਤਾਂ ਇਸ ਤੋਂ ਦੁੱਗਣੀ ਯਾਨੀ ਕਿ ਪੂਰੇ 10000 ਰੁਪਏ ਤੁਹਾਨੂੰ ਮਹੀਨਾ ਮਿਲਣਗੇ ਤਾਂ ਆਖਿਰਕਾਰ ਇਹ ਪੈਨਸ਼ਨ ਹੈ ਕਿਆ ਦੱਸ ਦਈਏ ਕਿ ਅਟਲ ਸਕੀਮ ਯੋਜਨਾ ਦੇ ਤਹਿਤ ਇਹ ਇੱਕ ਪੈਨਸ਼ਨ ਚੱਲ ਰਹੀ ਹੈ ਅਟਲ ਪੈਨਸ਼ਨ ਸਕੀਮ ਇਹ ਯੋਜਨਾ ਜਿਹੜੀ ਹੈ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਯੋਜਨਾ ਦਾ ਐਲਾਨ ਵੀ ਪਹਿਲਾਂ ਕਰ ਦਿੱਤਾ ਗਿਆ ਸੀ ਤਾਂ ਤੁਹਾਨੂੰ ਹਰ ਮਹੀਨੇ ਪੈਨਸ਼ਨ ਦੀ ਸਹੂਲਤ ਮਿਲੇਗੀ ਇਸ ਸਕੀਮ ਤਹਿਤ ਪਤੀ-ਪਤਨੀ ਦੋਵੇਂ ਜਿਹੜੇ ਨੇ ਲਾਭ ਲੈ ਸਕਦੇ ਨੇ ਤੇ ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਸਰਕਾਰ ਦੀ ਸਕੀਮ ਦਾ ਲਾਭ ਲੈ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਸਕੀਮ ਦੇ ਲਈ ਜਿਹੜਾ ਆਪ ਸਕੀਮ ਲੈ ਸਕਦੇ ਹੋ ਦੱਸ ਦਈਏ ਕਿ ਇਸ ਸਕੀਮ ਦੇ ਵਿੱਚ ਜੇਕਰ ਤੁਸੀਂ ਇਹ ਸਕੀਮ ਲੈਣਾ ਚਾਹੁੰਦੇ ਹੋ ਤਾਂ ਨਾਗਰਿਕਾਂ ਨੂੰ ਹਰ ਮਹੀਨੇ ਪ੍ਰੀਮੀਅਮ ਦੀ ਰਕਮ ਜਿਹੜੀ ਅਦਾ ਕਰਨੀ ਪਵੇਗੀ ਜੇਕਰ ਬਿਨੇਕਾਰ ਦੀ ਉਮਰ 18 ਸਾਲ ਹੈ ਤਾਂ ਤੁਸੀਂ ਹਰ ਮਹੀਨੇ 210 ਰੁਪਏ ਪ੍ਰੀਮੀਅਮ ਅਦਾ ਕਰਨਾ ਹੋਵੇਗਾ ਦੂਜੇ ਪਾਸੇ ਜੇਕਰ ਇਹ ਹੀ ਪੈਸੇ ਹਰ 3 ਮਹੀਨੇ ਬਾਅਦ ਤੁਸੀਂ ਦਿੰਦੇ ਹੋ ਯਾਨੀ ਕਿ 626 ਰੁਪਏ ਦੇਣੇ ਪੈਣਗੇ ਤਾਂ 1239 ਰੁਪਏ 6 ਮਹੀਨਿਆਂ ਦੇ ਵਿੱਚ ਤੁਹਾਨੂੰ ਕੁੱਲ ਦੇਣੇ ਪੈਣਗੇ ਤਾਂ ਇਸ ਤੋਂ ਇਲਾਵਾ ਹਰ ਮਹੀਨੇ 1000 ਰੁਪਏ ਪੈਨਸ਼ਨ ਲੈਣ ਦੇ ਲਈ 18 ਸਾਲ ਦੀ ਉਮਰ ਸਿਰਫ 42 ਰੁਪਏ ਤੱਕ ਪੈਨੀ ਪੇਗੀ ਤਾਂ ਦੱਸਦੀ ਹੈ ਕਿ 60 ਸਾਲ ਤੋਂ ਪਹਿਲਾਂ ਜੇਕਰ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਕਿਸ ਨੂੰ ਇਹ ਪੈਸਾ ਦਿੱਤਾ ਜਾਏਗਾ ਤਾਂ ਜੇਕਰ ਇਸ ਤਰੀਕੇ ਨਾਲ ਹੁੰਦਾ ਤਾਂ ਅਟਲ ਪੈਨਸ਼ਨ ਯੋਜਨਾ ਦਾ ਇਹ ਸਾਰਾ ਪੈਸਾ ਨਾਗਰਿਕ ਦੀ ਪਤਨੀ ਨੂੰ ਦਿੱਤਾ ਜਾਵੇਗਾ ਜੇਕਰ ਕਿਸੇ ਕਾਰਨ ਕਰਕੇ ਪਤੀ ਤੇ ਪਤਨੀ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਪੈਨਸ਼ਨ ਦਾ ਸਾਰਾ ਪੈਸਾ ਨਾਮਜਦ ਨਾਗਰਿਕ ਨੂੰ ਦਿੱਤਾ ਜਾਵੇਗਾ ਤਾਂ ਉਸ ਸਕੀਮ ਬਾਰੇ ਅਸੀਂ ਤੁਹਾਨੂੰ ਦੱਸ ਰਿਹਾ ਜਿਸ ਸਕੀਮ ਦੇ ਤਹਿਤ ਜਿਸ ਯੋਜਨਾ ਦੇ ਤਹਿਤ ਤੁਸੀਂ ਘਰ ਬੈਠੇ ਹਰ ਮਹੀਨੇ ਕੇਂਦਰ ਸਰਕਾਰ ਵੱਲੋਂ 5000 ਰੁਪਏ ਜਿਹੜਾ ਤੁਹਾਡੇ ਖਾਤਿਆਂ ਦੇ ਵਿੱਚ ਡਾਇਰੈਕਟ ਆ ਸਕਦਾ ਤਾਂ ਤੁਸੀਂ 42 ਸਾਲ ਦੀ ਉਮਰ ਤੱਕ ਜਿਹੜਾ ਨਿਵੇਸ਼ ਕਰਨਾ ਹੋਵੇਗਾ ਮਹੀਨੇ ਬਾਅਦ ਤੁਹਾਨੂੰ ਤਿਮਾਹੀ ਤੇ 6 ਮਹੀਨੇ ਨਿਵੇਸ਼ ਕਰਨਾ ਪਵੇਗਾ ਇਸ ਦੇ ਵਿੱਚ 42 ਸਾਲ ਦੀ ਉਮਰ ਤੱਕ ਨਿਵੇਸ਼ ਕਰਨਾ ਜ਼ਰੂਰੀ ਹੈ 42 ਸਾਲਾਂ ਦੇ ਵਿੱਚ ਤੁਹਾਡੇ ਕੋਲ ਕੁੱਲ ਨਿਵੇਸ਼ 1.4 ਲੱਖ ਰੁਪਏ ਹੋ ਜਾਏਗਾ ਤੇ 60 ਸਾਲ ਤੋਂ ਬਾਅਦ ਤੁਹਾਨੂੰ 5000 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ ਤੇ ਇਨਕਮ ਟੈਕਸ ਦੀ ਧਾਰਾ 80 CCD ਦੇ ਤਹਿਤ ਇਸ ਨੂੰ ਟੈਕਸ ਤੇ ਛੂਟ ਦੀ ਵੀ ਲਾਭ ਮਿਲੇਗੀ ਤਾਂ ਆਖਿਰਕਾਰ ਕਿਸ ਤਰੀਕੇ ਦੇ ਨਾਲ ਖਾਤਾ ਖੋਲਿਆ ਜਾ ਸਕਦਾ ਤੁਸੀਂ ਇੱਕ ਮੈਂਬਰ ਦੇ ਨਾਮ ਤੇ ਸਿਰਫ ਇੱਕ ਖਾਤਾ ਖੋਲ੍ਹ ਸਕਦੇ ਹੋ ਤੁਸੀਂ ਇੱਕ ਬੈਂਕ ਰਾਹੀ ਸਕੀਮ ਦਾ ਖਾਤਾ ਜਿਹੜਾ ਖੁਲਵਾ ਸਕਦੇ ਹੋ ਯੋਗਦਾਨ ਦੀ ਰਾਸ਼ੀ ਜਿਹੜੀ ਹੈ ਸਰਕਾਰ ਦੇ ਵੱਲੋਂ ਪਹਿਲਾ 5 ਸਾਲਾਂ ਦੇ ਲਈ ਪੂਰੀ ਪੂਰੀ ਤਰੀਕੇ ਦੇ ਨਾਲ ਦਿੱਤੀ ਜਾਵੇਗੀ ਤਾਂ ਇਹ ਉਹ ਯੋਜਨਾ ਜਿਸ ਦੇ ਤਹਿਤ ਹਰ ਮਹੀਨੇ ਤੁਹਾਡੇ ਖਾਤੇ ਦੇ ਵਿੱਚ 5000 ਰੁਪਏ ਟਰਾਂਸਫਰ ਹੋਣਗੇ ਜੇਕਰ ਤੁਸੀਂ ਵਿਅਤ ਤਾਂ ਤੁਹਾਨੂੰ 10000 ਰੁਪਏ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਯੋਜਨਾ ਜਿਹੜੀ ਹੈ ਮੋਦੀ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਸ ਪੈਨਸ਼ਨ ਦਾ ਨਾਮ ਅਟਲ ਪੈਨਸ਼ਨ ਯੋਜਨਾ ਹੈ ਕੋਈ ਵੀ ਇਸ ਦਾ ਜਿਹੜਾ ਲਾਭ ਲੈ ਸਕਦਾ ਹੈ ਪ੍ਰੀਮੀਅਮ ਦਾ ਭੁਗਤਾਨ ਤੁਹਾਨੂੰ ਹਰ ਮਹੀਨੇ ਕਰਨਾ ਹੋਵੇਗਾ ਜੇਕਰ ਕਿਸੇ ਕਾਰਨ ਵਾਸ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਜਿਸ ਨਾਗਰਿਕ ਨੂੰ ਤੁਸੀਂ ਇਸ ਦੇ ਲਈ ਨਾਮਿਨੀ ਚੁਣਿਆ ਹੋਵੇਗਾ ਉਸ ਨੂੰ ਇਸ ਦੀ ਬਕਾਇਦਾ ਜਿਹੜੀ ਪੂਰੀ ਦੀ ਪੂਰੀ ਰਾਸ਼ੀ ਹੈ ਉਸ ਦੇ ਬੈਂਕ ਖਾਤੇ ਦੇ ਵਿੱਚ ਚਲੇ ਜਾਵੇਗੀ ਤਾਂ ਇੱਕ ਮੈਂਬਰ ਦੇ 함 ਹੀ ਸਿਰਫ ਇੱਕ ਖਾਤਾ ਜਿਹੜਾ ਖੁੱਲ ਸਕਦਾ ਤਾਂ ਹਰੇਕ ਘਰ ਦੇ ਵਿੱਚ ਕੋਈ ਵੀ ਇਸ ਦੀ ਜਿਹੜਾ ਪੂਰੇ ਤਰੀਕੇ ਦੇ ਨਾਲ ਲਾਭ ਲੈ ਸਕਦਾ ਤਾਂ ਇਹ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਯੋਜਨਾ ਖੋਲੀ ਗਈ ਹੈ ਹਾਲਾਂਕਿ ਦੇਸ਼ ਦੇ ਕਿਸੇ ਵੀ ਵਰਗ ਦੇ ਲਈ ਇਹ ਵਿਸ਼ੇਸ਼ ਯੋਜਨਾ ਹੈ ਤਾਂ ਕੋਈ ਵੀ ਇਸ ਦਾ ਫਾਇਦਾ ਜਿਹੜਾ ਉਠਾ ਸਕਦਾ ਤੇ ਤੁਸੀਂ ਹਰ ਮਹੀਨੇ ਆਪਣੇ ਖਾਤੇ ਦੇ ਵਿੱਚ ਆਰਾਮ ਦੇ ਨਾਲ 5000 ਰੁਪਏ ਕੇਂਦਰ ਸਰਕਾਰ ਦੇ ਵੱਲੋਂ ਪਾ ਸਕਦੇ ਹੋ